असी पिछले 6 महीनों के 30 मोबाइल है जिहड़े स्नैच किए हुए रिकवर किए है 1538 मोबाइल तो उहदे विच्चों जिहड़े के वख-वख समें ते असी वापस करते रहने हैं। हाँ जी, मैं ये चीज़ कहना चाहना जी, जिहड़ी पुलिस महकमा जिहड़ा हैगा सी जी, पहला कहिंदे सी कि जद तक आपां कहीए कि पुलिस काम नहीं करदी, ठीक है, बहुत जने कहिंदे सी, कहिंदे पुलिस एफ आई आर कराउण दा कोई बेनीफिट नहीं हैगा वा, बट आ चीज़ देख के ना कि हाँ इत्थे 100-150 बंदे तो प्लस बंदियां दे मोबाइल मिले हैगे आ, अज उहनां नूं दित्ते गए फोन करके स्पैशल बुला के। मेरा फोन जिहड़ा है दुकान तो शॉप तो चोरी हो गया सीगा, ते उहदी मैं एफ आई आर कराई सी। मैं पंजाब पुलिस लुधियाणा कमिश्नर का बहुत बहुत धन्यवाद करदा हाँ जिन्होंने स्नैचर नूं पकड़ के आम जनता का सहयोग किया। एक साल पहला सर मेरा फोन स्नैच हो गया सीगा, ते अज मिल गया, बहुत खुशी हो रही है। तुहानूं आ फोन मिल गया तुहाडा? हाँ जी हाँ जी। ਤੁਹਾਡਾ ਲੁੱਟ ਹੋਈ ਸੀ ਫੋਨ ਦੀ? ਇਹ ਜਿਹਨ ਮੇਰਾ ਡਿੱਗਿਆ ਸੀ। ਅੱਛਾ, ਫੋਨ ਡਿੱਗਿਆ ਸੀ ਜੀ। ਮਿਹਰਬਾਨੀ ਇਹਨਾਂ ਦੀ ਜਿਨ੍ਹਾਂ ਨੇ ਮਿਹਨਤ ਦੀ ਕਮਾਈ ਸੀਗੀ, ਆਪਾਂ ਨੂੰ ਮਿਲ ਗਈ। ਕਿੰਨੀ ਦੇਰ ਪਹਿਲਾਂ ਡਿੱਗਿਆ ਸੀ? ਸਾਲ ਪਹਿਲਾਂ ਡਿੱਗਿਆ ਸੀ ਮੇਰਾ। ਸਾਲ ਪਹਿਲਾਂ 21 ਤਰੀਕ ਹੋਈ, 4 ਦਿਨ ਹੋ ਗਏ ਉੱਤੇ ਸਾਲ। ਹਾਂਜੀ, ਮਿਹਰਬਾਨੀ ਇਹਨਾਂ ਦੀ ਬਹੁਤ ਜ਼ਿਆਦਾ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਰਵਿੰਦਰ ਸਿੰਘ ਢਿੱਲੋਂ। ਅੱਜ ਬੜੀ ਜਿਹੜੀ ਇੱਕ ਖੁਸ਼ੀ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ, ਤਸਵੀਰਾਂ ਪੁਲਿਸ ਲਾਈਨ ਲੁਧਿਆਣਾ ਦੀਆਂ ਨੇ, ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਕਾਫੀ ਲੋਕ ਜਿਹੜਾ ਦੇਖ ਸਕਦੇ ਹੋ ਕਿ ਜਿਹੜਾ ਚਾਹ ਪਾਣੀ ਛੱਕ ਰਹੇ ਨੇ, ਤਾਂ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਲੁਧਿਆਣਾ ਪੁਲਿਸ ਵੱਲੋਂ ਸੱਦਾ ਦਿੱਤਾ ਗਿਆ ਸੀ। ਜੀ ਹਾਂ, ਲੁਧਿਆਣਾ ਪੁਲਿਸ ਵੱਲੋਂ ਸੱਦਾ ਤਾਂ ਕਰਕੇ ਦਿੱਤਾ ਗਿਆ ਸੀ ਕਿ ਇਹਨਾਂ ਲੋਕਾਂ ਵੱਲੋਂ ਆਪਣੇ ਚੋਰੀ ਹੋਏ ਮੋਬਾਈਲ ਦੀ ਜਿਹੜੀ ਐਫ ਆਈ ਆਰ ਦਰਜ ਕਰਵਾਈ ਗਈ ਸੀ, ਕੰਪਲੇਂਟ ਕੀਤੀ ਗਈ ਸੀਗੀ, ਔਰ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਅੱਜ 250 ਦੇ ਕਰੀਬ ਨੇ ਜਿਹੜੇ ਮੋਬਾਈਲ ਲੱਭ ਕੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਮਾਲਕਾਂ ਦੀ ਉਹਨਾਂ ਤੱਕ ਜਿਹੜਾ ਸੱਦਾ ਭੇਜਿਆ ਸੀ, ਔਰ ਅੱਜ ਉਹਨਾਂ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਵਾਪਸ ਦਿੱਤੇ ਨੇ। ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ। ਸੋ ਪਹਿਲਾਂ ਦੇਖੋ ਤਸਵੀਰਾਂ, ਔਰ ਉਸ ਤੋਂ ਬਾਅਦ ਬਾਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਸ ਹਾਲ ਦੇ ਵਿੱਚ ਜਿਹੜੇ ਪਬਲਿਕ ਦੇ ਬਹੁਤ ਹੀ ਰਿਸਪੈਕਟਡ ਨੁਮਾਇੰਦੇ ਜਿਹੜੇ ਪਬਲਿਕ ਨਾਲ ਉਹ ਇੱਥੇ ਆਏ ਹੋਏ ਆ, ਉਹਨਾਂ ਨੂੰ ਮੈਂ ਜੀ ਆਇਆ ਕਹਿੰਦਾ, ਅਤੇ ਦੂਜੇ ਤੌਰ 'ਤੇ ਜਿਹੜੇ ਮੇਰੇ ਪ੍ਰੈਸ ਮੀਡੀਆ ਦੇ ਸਾਥੀ ਆ ਉਹਨਾਂ ਨੂੰ ਵੀ ਜੀ ਆਇਆ ਕਹਿੰਦਾ। ਇੱਕ ਜਿਹੜੀ ਕਿ ਮਾੜੀ ਘਟਨਾ ਤੁਹਾਡੇ ਨਾਲ ਹੁੰਦੀ ਰਹੀ, ਜਿਹਦੇ ਵਿੱਚੋਂ ਬਹੁਤ ਸਾਰੇ ਮੋਬਾਈਲਸ ਆ ਜਿਹੜੇ ਤੁਹਾਡੇ ਸਨੈਚ ਕਰ ਲਏ ਗਏ, ਉਹਦੇ ਵਿੱਚੋਂ ਸਨੈਚ ਕੀਤੇ ਹੋਏ ਮੋਬਾਈਲ ਅਸੀਂ ਪਿਛਲੇ 6 ਮਹੀਨਿਆਂ ਦੇ ਵਿੱਚ 30 ਮੋਬਾਈਲ ਆ ਜਿਹੜੇ ਸਨੈਚ ਕੀਤੇ ਹੋਏ ਰਿਕਵਰ ਕੀਤੇ ਹੈ 1538 ਮੋਬਾਈਲ, ਅਤੇ ਉਹਦੇ ਵਿੱਚੋਂ ਜਿਹੜੇ ਕਿ ਵੱਖ ਵੱਖ ਸਮੇਂ 'ਤੇ ਅਸੀਂ ਵਾਪਸ ਕਰਦੇ ਰਹਿੰਦੇ ਹਾਂ, ਕਿਉਂਕਿ ਇਹਦਾ ਟੀਡੀਐਸ ਪ੍ਰੋਸੈਸ ਹੁੰਦਾ ਮਾਲਕ ਨੂੰ ਆਇਡੈਂਟੀਫਾਈ ਕਰਨਾ। ਕਈ ਵਾਰੀ ਇੱਕ ਸਨੈਚਰ ਫੜਿਆ ਜਾਂਦਾ ਅਤੇ ਉਹਦੇ ਵਿੱਚੋਂ ਅੱਗੇ ਜਿਹੜਾ ਹੈਗਾ ਵੀ ਉਹ ਕੁਛ ਹੋਰ ਮੋਬਾਈਲ ਮਿਲ ਜਾਂਦੇ ਆ, ਅਤੇ ਉਹ ਮੋਬਾਈਲ ਨੂੰ ਮਿਲਿਆ ਉਹਦੇ ਕਾਲ ਡਿਟੇਲ ਲੈ ਕੇ, ਹੋਰ ਲੈ ਕੇ, ਇਨਫੋਰਮੇਸ਼ਨ ਲੈ ਕੇ ਕੰਪਨੀਜ਼ ਦੇ ਵਿੱਚੋਂ, ਅਤੇ ਫਿਰ ਮੋਬਾਈਲ ਆ ਜਿਹੜੇ ਉਹਨਾਂ ਦੇ ਮਾਲਕ ਨੂੰ ਟਰੇਸ ਕਰਨਾ। ਇਹ ਬੜਾ ਲੰਮਾ ਪ੍ਰੋਸੈਸ ਹੈ। ਅੱਜ ਤੁਹਾਨੂੰ ਕਿਉਂ ਇੱਥੇ ਬੁਲਾਇਆ, ਨਹੀਂ ਤਾਂ ਸਾਡੇ ਲਈ ਰਿਕਵਰੀ ਬੜੀ ਆ, ਅਸੀਂ ਉਹਦੇ 'ਚ ਹੋਰ ਮਿਹਨਤ ਕਰਕੇ ਤੁਹਾਨੂੰ ਆਇਡੈਂਟੀਫਾਈ ਕੀਤਾ, ਤੁਹਾਡੇ ਐਡਰੈਸ ਕੱਢੇ, ਕਈਆਂ ਦੇ ਐਡਰੈਸ ਕਿਤੇ ਲਿਖਿਆ ਹੁੰਦਾ, ਕੋਈ ਸ਼ਿਫਟ ਕਰ ਗਿਆ, ਬਹੁਤ ਸਾਰੇ ਨਹੀਂ ਹੁੰਦੇ, ਪਰ ਜਿਵੇਂ ਜਿਵੇਂ ਪਾਰਟ ਦੇ ਵਿੱਚ ਅਸੀਂ ਕਰਦੇ ਹਾਂ ਤੁਹਾਨੂੰ ਆਇਡੈਂਟੀਫਾਈ ਕਰਕੇ ਅਸੀਂ ਜਿਹੜੇ ਮੋਬਾਈਲ ਵਾਪਸ ਕਰ ਰਹੇ ਹਾਂ। ਮੇਰੀ ਇੱਕੋ ਰਿਕੁਐਸਟ ਹੈ, CCTV ਇੱਕ ਉਹੋ ਜਿਹਾ ਸੰਤਰੀ ਹੈ, ਨਾ ਤਾਂ ਉਹ ਮੀਂਹ ਦੇ ਵਿੱਚ ਅੰਦਰ ਜਾਂਦਾ, ਨਾ ਧੁੱਪ 'ਚ ਬਾਹਰ ਜਾਂਦਾ, ਅੰਦਰ ਬੈਠਦਾ ਵੀ AC ਚਲਾਉਣਾ ਵੀ ਧੁੱਪ ਲੱਗਦੀ ਹੈ, ਅਤੇ ਜਾਂ ਹੋਰ ਕਿਤੇ ਬਾਰਿਸ਼ ਦੇ ਵਿੱਚ ਅੰਦਰ ਜਾਂਦਾ। ਇਸ ਕਰਕੇ ਜਿੰਨੇ CCTV ਜਿਹੜੇ ਲਵਾ ਸਕਦੇ, ਉਹ ਨਹੀਂ ਹਰ ਬੰਦਾ ਉਹ ਕਹੇ ਯਾਰ ਮੇਰਾ ਤਾਂ ਆਪਦਾ ਘਰ ਦਾ ਗੁਜ਼ਾਰਾ ਚਲਾਉਣਾ, ਮੈਂ CCTV ਲਵਾਵਾਂ ਕਿ ਹੋਰ, ਪਰ ਮੇਰੀ ਰਿਕੁਐਸਟ ਇਹ ਹੈ ਜਿੱਥੇ ਤੁਸੀਂ ਫਰਮ ਦੇ ਵਿੱਚ, ਕੰਪਨੀ 'ਚ, ਬੈਂਕ ਦੇ ਵਿੱਚ, ਜਿੱਥੇ ਤੁਸੀਂ ਕੰਮ ਕਰਦੇ ਹੋ, CCTV ਉਹ ਸੰਤਰੀ ਹੈ
ਜਿਹੜਾ ਕਿ 24 ਘੰਟੇ ਜਾਗਦਾ ਹੈ, ਪ੍ਰੋਵਾਈਡਰ ਕਿ ਉਹਦੀ ਡੀ ਉਹਦੇ ਨਾਲ ਸਿਸਟਮ ਉਹਦਾ ਤੁਹਾਡੇ ਅਵੇਲੇਬਲ ਹੋਵੇ ਕਿ ਲਾਈਟ ਗਿਆ ਵੀ ਉਹਦੀ ਰਿਕਾਰਡਿੰਗ ਹੁੰਦੀ ਹੋਵੇ। ਇਸ ਕਰਕੇ ਪਲੀਜ਼ ਜਿੰਨੇ ਕੁ ਆਪਦੇ ਏਰੀਏ ਦੇ ਵਿੱਚ ਅੱਜ ਜਾਓਗੇ, ਬਸ ਤੁਹਾਥੋਂ ਕੁਛ ਨਹੀਂ ਚਾਹੀਦਾ ਤੁਹਾਨੂੰ। ਅਸੀਂ ਇਸ ਗੱਲ ਦਾ ਆਪਦਾ ਬੋਝ ਹਲਕਾ ਕੀਤਾ, ਤੁਹਾਡੇ 'ਤੇ ਆਸਾਨ ਨਹੀਂ ਕੀਤਾ। ਸਾਡਾ ਇੱਕੋ ਮੈਸੇਜ ਲੈ ਕੇ ਜਾਇਓ, ਜੋ ਮੇਰੀ ਰਿਕੁਐਸਟ ਹੈ ਤੁਹਾਡੇ ਨਾਲ, ਦਿਲੋਂ ਹੱਥ ਜੋੜ ਕੇ ਰਿਕੁਐਸਟ ਹੈ ਕਿ CCTV ਜਿੰਨੇ ਵੱਧ ਤੋਂ ਵੱਧ ਲਵਾ ਲਓ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ, ਤੁਸੀਂ ਅਸੀਂ ਤੁਹਾਡਾ ਕਰਜ਼ਾ ਵਾਪਸ ਕਰ ਰਹੇ ਹਾਂ, ਤੁਹਾਡੇ 'ਤੇ ਆਸਾਨ ਨਹੀਂ ਕਰ ਰਹੇ। ਤੁਹਾਡਾ ਇਹ ਕਰਜ਼ਾ ਸੀ ਜਦੋਂ ਤੁਹਾਡੇ ਮੋਬਾਈਲ ਖੋਏ ਗਏ ਸੀ। ਅੱਜ ਅਸੀਂ ਆਪਦੀ ਸਾਡੀ ਸਾਰੀ ਟੀਮ JCPCT ਸੋਮਿਆ ਮਿਸ਼ਰਾ, ਆਪਣੇ DCP ਇਨਵੈਸਟੀਗੇਸ਼ਨ ਹਰਮੀਤ ਹੁੰਦਲ, ਜਸਕਰਨ ਤੇਜਾ ਜੀ DCP ਰੂਰਲ, ਅਤੇ ਆਪਣੇ ਸਮੀਤ ਸੂਦ ਹੈ ਜਿਹੜੇ ਆਪਣੇ ਜਿਹੜੇ ACP ਡਿਟੈਕਟਿਵ, ਅਤੇ ਹੋਰ ਅਫਸਰ ਜਿਨ੍ਹਾਂ ਨੇ ਕੰਮ ਕੀਤਾ ਰਿਕਵਰ ਕੀਤੇ ਆ, ਉਹ ਸਾਰੇ ਉਸ ਪਾਰ ਦਾ। ਅਤੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਪਲੀਜ਼ ਉਹਨੂੰ, ਅਤੇ ਉਹਨੂੰ ਅਸੀਂ ਇੱਕ ਅੱਜ ਦੇ ਐਜ਼ ਪਾਰ ਦੇ ਵਿੱਚ ਐਜ਼ ਇਹਨੂੰ ਜਿਹਨੂੰ ਕਹਿ ਦਿਓ, ਅਸੀਂ ਟੋਟਲ ਜਿਹੜੇ 232 ਮੋਬਾਈਲ ਅੱਜ ਵਾਪਸ ਕਰਾਂਗੇ, ਅਤੇ ਬਾਕੀ ਅਸੀਂ ਵਿੱਚੋਂ ਪਹਿਲਾਂ ਕਰਦੇ ਵੀ ਰਹਿੰਦੇ ਹਾਂ, ਜਦੋਂ ਸਾਨੂੰ ਮੌਕਾ ਮਿਲਦਾ ਉਹਨੂੰ ਪਾਰਟਸ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਕਰਦੇ ਹਾਂ। ਤੁਹਾਡਾ ਥੈਂਕ ਯੂ ਸੋ ਮੱਚ, ਅਤੇ ਮੈਂ ਰਿਕੁਐਸਟ ਕਰੂੰਗਾ ਵੀ ਜਿਵੇਂ ਤੁਸੀਂ ਉਹ ਪਲਾਨ ਕੀਤਾ, ਆਪਾਂ ਜਲਦੀ ਇਹਨਾਂ ਨੂੰ ਕਰਕੇ, ਅਤੇ ਸੋ ਦੈਟ ਵਿਹਲੇ ਕਰੀਏ। ਕੀ ਨਾਮ ਹੈ ਜੀ ਤੁਹਾਡਾ? ਧੀਰਜ ਵਰਮਾ ਜੀ। ਧੀਰਜ ਜੀ, ਅੱਜ ਤੁਹਾਨੂੰ ਆਹ ਪਹਿਲਾਂ ਤਾਂ ਫੋਨ ਦਿਖਾਓ ਜਿਹੜਾ ਮਿਲਿਆ ਇੱਧਰ, ਡੱਬਾ ਦਿਖਾਓ ਜੀ। ਹਾਂ, ਤਾਂ ਫੋਨ ਹੀ ਦਿਖਾ ਦਿਓ। 20 ਫੋਨ ਹਾਂਜੀ। ਇਹ ਕਦੋਂ ਤੁਹਾਡਾ ਫੋਨ ਸਨੈਚ ਹੋਇਆ ਸੀਗਾ? ਜੀ, ਸਨੈਚ ਹੋਇਆ ਸੀ ਜੀ। ਕਿਹੜੀ ਜਗ੍ਹਾ ਤੋਂ? ਇਹ ਆਪਣਾ ਜਮਾਲਪੁਰ ਰੋਡ 'ਤੇ ਖੋ ਕੇ ਲੈ ਗਏ ਸੀ ਜੀ। ਅੱਛਾ, ਅਤੇ ਅੱਜ ਕਿੰਨੀ ਦੇਰ ਬਾਅਦ ਤੁਹਾਨੂੰ ਵਾਪਸ ਮਿਲਿਆ? ਸਾਲ ਬਾਅਦ ਮਿਲਿਆ ਜੀ। 1 ਸਾਲ ਬਾਅਦ ਮਿਲਿਆ ਜੀ। ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਖਾਸ ਕਰਕੇ ਕਹਿਣਾ ਚਾਹੁੰਦੇ ਹੋ ਕੁਛ? ਹਾਂਜੀ, ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਜੀ, ਜਿਹੜੀ ਪੁਲਿਸ ਮਹਿਕਮਾ ਜਿਹੜਾ ਹੈਗਾ ਸੀਗਾ ਜੀ, ਪਹਿਲਾਂ ਕਹਿੰਦੇ ਸੀ ਕਿ ਜਦ ਤੱਕ ਆਪਾਂ ਕਹੀਏ ਕਿ ਪੁਲਿਸ ਕੰਮ ਨਹੀਂ ਕਰਦੀ, ਠੀਕ ਹੈ, ਬਹੁਤ ਜਣੇ ਕਹਿੰਦੇ ਜੀ, ਕਹਿੰਦੇ ਪੁਲਿਸ FIR ਕਰਾਉਂਦਾ ਕੋਈ ਬੈਨੀਫਿਟ ਨਹੀਂ ਹੈਗਾ ਵਾ। ਬਟ ਆਹ ਚੀਜ਼ ਦੇਖ ਕੇ ਨਾ ਕਿ ਹਾਂ, ਇੱਥੇ 100-150 ਬੰਦੇ ਤੋਂ ਪਲੱਸ ਬੰਦਿਆਂ ਦੇ ਮੋਬਾਈਲ ਮਿਲੇ ਹੈਗੇ ਆ, ਅੱਜ ਉਹਨਾਂ ਨੂੰ ਦਿੱਤੇ ਗਏ ਫੋਨ ਕਰਕੇ ਸਪੈਸ਼ਲ ਬੁਲਾ ਕੇ, ਠੀਕ ਹੈ ਜੀ। ਆਹ ਚੀਜ਼ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਜੀ। ਆ ਜਾਓ, ਤੁਸੀਂ ਵੀ ਨਾਲ ਉਹਨਾਂ ਦੇ? ਜੀ ਬਿਲਕੁਲ, ਮੇਰਾ ਮੋਬਾਈਲ ਜੋ ਹੈ ਅੱਜ ਤੋਂ ਜੀ 10 ਦਿਨ ਪਹਿਲਾਂ ਚੋਰੀ ਹੋਇਆ ਹੈ, ਲੇਕਿਨ ਅੱਜ ਉਹਦੀ ਮਤਲਬ ਕਿ ਮੋਗੇ ਤੋਂ ਤਲਵੰਡੀ ਆ ਰਿਹਾ ਸੀ ਮੈਂ, ਟ੍ਰੇਨ ਦੇ ਵਿੱਚ ਜਦ ਸਫ਼ਰ ਕਰਦੇ ਵਕਤ ਹੀ ਮੇਰਾ ਫੋਨ ਚੋਰੀ ਹੋ ਗਿਆ, ਠੀਕ ਹੈ ਜੀ। ਮੈਂ ਵੀ ਇੱਕ ਛੋਟੀ ਜਿਹੀ ਉਮੀਦ ਲੈ ਕੇ ਆਇਆ, ਮੈਨੂੰ ਜਿਵੇਂ ਆਹ ਮਾਹੌਲ ਦੇਖ ਕੇ ਲੱਗਿਆ ਵੀ ਹਾਂ ਮਿਲੇਗਾ ਫੋਨ, ਫਿਰ ਹੋ ਸਕਦਾ ਕਿ ਇਹ ਉਮੀਦ ਕੁਛ ਵੱਡੀ ਹੋ ਜਾਵੇ ਮੇਰੇ ਵਾਸਤੇ। ਧੰਨਵਾਦ, ਮੇਰਾ ਨਿਊਜ਼ ਰਿਪੋਰਟ। ਠੀਕ ਹੈ। ਹਾਂਜੀ, ਕੀ ਨਾਮ ਖਾਲਸਾ ਜੀ ਤੁਹਾਡਾ? ਸੁਖਦੇਵ ਸਿੰਘ। ਅਤੇ ਤੁਹਾਨੂੰ ਆਹ ਫੋਨ ਮਿਲ ਗਿਆ ਤੁਹਾਡਾ? ਹਾਂਜੀ ਹਾਂਜੀ। ਤੁਹਾਡਾ ਲੁੱਟ ਹੋਈ ਸੀ ਫੋਨ ਦੀ? ਮੇਰਾ ਡਿੱਗਾ ਸੀ ਫੋਨ, ਡਿੱਗ ਗਿਆ ਜੀ। ਮਿਹਰਬਾਨੀ ਇਹਨਾਂ ਦੀ ਜਿਹਨਾਂ ਨੇ ਮਿਹਨਤ ਦੀ ਕਮਾਈ ਸੀਗੀ, ਆਪਾਂ ਨੂੰ ਮਿਲ ਗਈ। ਕਿੰਨੀ ਦੇਰ ਪਹਿਲਾਂ ਡਿੱਗਿਆ ਸੀ? ਸਾਲ ਪਹਿਲਾਂ ਡਿੱਗਿਆ ਸੀ ਮੇਰਾ। ਸਾਲ ਪਹਿਲਾਂ? 21 ਤਰੀਕ ਹੋਈ, 4 ਦਿਨ ਹੋ ਗਏ ਉੱਤੇ ਸਾਲ। ਹਾਂਜੀ, ਮਿਹਰਬਾਨੀ ਇਹਨਾਂ ਦੀ ਬਹੁਤ ਹੈ। ਤਾਂ ਦੇਖ ਸਕਦੇ ਹੋ ਤੁਸੀਂ ਕਿ ਲੋਕ ਕਿੰਨੇ ਨੇ ਜਿਹੜੇ ਫੋਨ ਇੱਧਰੋਂ ਦੀ ਲੈ ਕੇ ਜਿਹੜਾ ਬਾਹਰ ਨੇ ਘਰੇ ਹੈਗੇ ਨੇ, ਤਾਂ ਸਰ ਵੀ ਜਿਹੜਾ ਆਪਣਾ ਫੋਨ ਦਿਖਾ ਰਹੇ ਨੇ। ਸਰ ਕੀ ਨਾਮ ਹੈ ਤੁਹਾਡਾ? ਰਕੇਸ਼ ਤਾਂਗੜੀ। ਤਾਂਗੜੀ ਜੀ, ਤੁਹਾਡਾ ਵੀ ਫੋਨ ਜਿਹੜਾ ਚੋਰੀ ਹੋਇਆ ਸੀ? ਮੇਰਾ ਫੋਨ ਜਿਹੜਾ ਹੈ ਦੁਕਾਨ ਤੋਂ ਸ਼ੋਪ ਤੋਂ ਚੋਰੀ ਹੋ ਗਿਆ ਸੀਗਾ, ਅਤੇ ਉਹਦੀ ਮੈਂ FIR ਕਰਵਾਈ ਸੀਗੀ। ਮੈਂ ਪੰਜਾਬ ਪੁਲਿਸ ਲੁਧਿਆਣਾ ਕਮਿਸ਼ਨਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਨੈਚਰ ਨਾਲ ਪਕੜ ਕੇ ਆਮ ਜਨਤਾ ਦਾ ਸਹਿਯੋਗ ਕੀਤਾ। ਮੈਂ ਉਹਨਾਂ ਦਾ ਬਹੁਤ ਬਹੁਤ ਪਰਿਵਾਰੀ ਹਾਂ, ਬਹੁਤ ਬਹੁਤ ਧੰਨਵਾਦ। ਮਿਲਿਆ ਫੋਨ ਲਗਭਗ 1 ਸਾਲ ਬਾਅਦ ਮਿਲਿਆ, ਰਿਕਵਰ ਹੋਇਆ ਮੇਰੇ ਕੋਲ। 1 ਸਾਲ ਆਸ ਸੀ ਕਿ ਮਿਲੇਗਾ? ਆਸ ਪੂਰੀ ਸੀਗੀ ਕਿ ਪੰਜਾਬ ਪੁਲਿਸ ਦਾ ਪੂਰਾ ਭਰੋਸਾ ਸੀਗਾ ਕਿ ਕ੍ਰਾਈਮ ਨੂੰ ਕੰਟਰੋਲ ਕਰ ਰਹੇ ਆ। ਕਮਿਸ਼ਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਆਮ ਜਨਤਾ ਦਾ ਸਹਿਯੋਗ ਦੇ ਨਾਲ, ਪਬਲਿਕ ਦਾ ਸਹਿਯੋਗ ਦੇ ਨਾਲ ਕ੍ਰਿਮੀਨਲ ਨੂੰ ਫੜਿਆ। ਕਮਿਸ਼ਨਰ ਸਾਹਿਬ ਵੱਲੋਂ ਕੈਮਰੇ ਲਗਾਉਣ ਬਾਰੇ ਐਡਵਾਈਸ ਇੱਕ ਦਿੱਤੀ? ਕੈਮਰੇ ਸਾਡੀ ਸ਼ੋਪ ਤੋਂ ਲੱਗੇ ਹੋਏ ਆਲਰੇਡੀ, ਟੋਟਲ ਬਾਜ਼ਾਰ ਦੇ ਵਿੱਚ ਵੀ ਲੱਗੇ, ਗੁੜ ਮੰਡੀ 'ਚ ਵੀ ਲੱਗੇ ਹੋਏ ਆ, ਵਸਾਤੀ ਵਿਆਜ ਵੀ ਲੱਗੇ ਹੋਏ ਆ। ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ। ਤੁਸੀਂ ਦੇਖ ਸਕਦੇ ਹੋ, ਮੈਮ ਆਊਂਗੀ ਜੀ ਇੱਕ ਮਿੰਟ। ਹਾਂਜੀ ਪਲੀਜ਼। ਹਾਂਜੀ, ਫੋਨ ਮਿਲਿਆ ਤੁਹਾਡਾ ਵੀ? ਹਾਂਜੀ ਸਰ। ਕੀ ਨਾਮ ਕੀ ਤੁਹਾਡਾ? ਸਰ ਮੇਰਾ ਨਾਮ ਸੁਨਵੀਰ ਕੌਰ ਹੈ। 1 ਸਾਲ ਪਹਿਲਾਂ ਸਰ ਮੇਰਾ ਫੋਨ ਸਨੈਚ ਹੋ ਗਿਆ ਸੀਗਾ,
ਤੇ ਅੱਜ ਮਿਲ ਗਿਆ ਬਹੁਤ ਖੁਸ਼ੀ ਹੋ ਰਹੀ ਆ ਕਿਹੜੀ ਜਗ੍ਹਾ ਤੋਂ ਹੋਇਆ ਸੀ ਸਰ ਜਸਪਾਲ ਵਾਂਗਰ ਕੋਲੋਂ ਹੋਇਆ ਸੀਗਾ ਗਿੱਲ ਨਹਿਰ ਸਾਈਡ ਤੋਂ ਦੱਸੋਗੇ ਥੋੜਾ ਜਿਹਾ ਕਿਤਾ ਸਰ ਬੇਟੀ ਆ ਰਹੀ ਸੀਗੀ ਪੜ੍ਹ ਕੇ ਤੇ ਬੇਟੀ ਤੋਂ ਮਤਲਬ ਤਲਵਾਰ ਵਿਖਾ ਕੇ ਉਹਨਾਂ ਨੇ ਖੋਲਿਆ ਸੀਗਾ ਫੋਨ ਕਿੰਨੇ ਜਾਣੇ ਸੀਗੇ ਸਰ ਦੋ ਜਾਣੇ ਸੀਗੇ ਬਾਈਕ ਤੇ ਸਾਲ ਪਹਿਲਾਂ ਜੀ ਹਾਂਜੀ ਇੱਕ ਸਾਲ ਪਹਿਲਾਂ ਸਰ ਹਾਂਜੀ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੁਹਾਨੂੰ ਵੀ ਮਿਲਿਆ ਫੋਨ ਜੀ ਮਿਲ ਗਿਆ ਜੀ ਕੀ ਨਾਮ ਤੁਹਾਡਾ ਸੁਮਿਤ ਕੁਮਾਰ ਸੁਮਿਤ ਜੀ ਤੁਹਾਡਾ ਵੀ ਫੋਨ ਜਿਹੜਾ ਬਿਲਕੁਲ ਮਿਲ ਗਿਆ ਹੈਗਾ ਅਤੇ ਕਿਸ ਤਰ੍ਹਾਂ ਚੋਰੀ ਹੋਇਆ ਸੀ ਖੋਇਆ ਗਿਆ ਸੀ ਹਾਂਜੀ ਹਾਂਜੀ ਕੋਈ ਲੈ ਕੇ ਖੋ ਕਰਕੇ ਭੱਜ ਗਿਆ ਸੀ ਖੋ ਕਰ ਕਿਹੜੀ ਜਗ੍ਹਾ ਤੋਂ ਜੀ ਇਹ ਤਾਜਪੁਰ ਰੋਡ ਵਿਜੇ ਨਗਰੋਂ ਅੱਛਾ ਜੀ ਅਤੇ ਹੁਣ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਰੀ ਪੁਲਿਸ ਦਾ ਹੀ ਬਹੁਤ ਬਹੁਤ ਧੰਨਵਾਦ ਆ ਚਲੋ ਅਤੇ ਕੈਮਰੇ ਲਗਾਉਣ ਬਾਰੇ ਇੱਕ ਐਡਵਾਈਜ਼ ਕੀਤੀ ਹੈ ਜਿਹੜੀ ਕਮਿਸ਼ਨਰ ਸਾਹਿਬ ਵੱਲੋਂ ਉਹਦੇ ਬਾਰੇ ਕਰੋਗੇ ਵਿਚਾਰ ਹਾਂਜੀ ਹਾਂਜੀ ਉਹ ਤਾਂ ਲਗਾਉਣੇ ਚਾਹੀਦੇ ਨੇ ਜੀ ਉਹ ਤਾਂ ਜ਼ਰੂਰੀ ਨੇ ਅੱਜ ਕੱਲ੍ਹ ਬਹੁਤ ਜ਼ਰੂਰੀ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਨੇ ਜਿਹੜੇ ਇਸ ਟਾਈਮ ਇਹ ਸਾਰੇ ਲੋਕ ਆਏ ਹੋਏ ਨੇ ਜਿਨ੍ਹਾਂ ਨੂੰ ਬੁਲਾਇਆ ਗਿਆ ਹੈਗਾ ਸਪੈਸ਼ਲ ਤੌਰ 'ਤੇ ਜਿਹੜੀਆਂ ਫੋਨ ਕਾਲਸ ਕਰਕੇ ਇੱਥੋਂ ਤੱਕ ਕਿ ਜਿਨ੍ਹਾਂ ਦੇ ਐਡਰੈਸ ਵੀ ਬਦਲ ਚੁੱਕੇ ਹੋਏ ਨੇ ਤਾਂ ਉਹਨਾਂ ਲੋਕਾਂ ਤੱਕ ਵੀ ਇਹ ਜਿਹੜੀ ਅਪਰੋਚ ਕੀਤੀ ਗਈ ਹੈ ਤਾਂ ਤੁਹਾਨੂੰ ਮਿਲ ਗਿਆ ਹੈਗਾ ਫੋਨ ਹਜੇ ਮਿਲਿਆ ਨਹੀਂ ਠੀਕ ਹੈ ਤਾਂ ਆਹ ਭਾਅ ਜੀ ਆ ਗਏ ਇੱਕ ਹੋਰ ਭਾਅ ਜੀ ਕੀ ਨਾਮ ਤੁਹਾਡਾ ਗੁਰਜੀਤ ਸਿੰਘ ਜੀ ਜੀ ਕਦੋਂ ਖੋ ਹੋਇਆ ਸੀ ਖੋ ਹੋਈ ਸੀ ਕਿੱਦਾਂ ਕਿ ਚੋਰੀ ਹੋਇਆ ਸੀ ਫੋਨ ਤੁਹਾਡਾ ਇਹ ਡਿੱਗਿਆ ਸੀ ਆਜੋ ਆਜੋ ਬਾਹਰ ਆਜੋ ਅਤੇ ਕਿੰਨੀ ਦੇਰ ਬਾਅਦ ਮਿਲ ਗਿਆ ਮੈਨੂੰ 2 ਮਹੀਨੇ ਬਾਅਦ ਚੁੰਗਾ 2 ਮਹੀਨੇ ਬਾਅਦ ਚਲੋ ਬਹੁਤ ਬਹੁਤ ਵਧੀਆ ਗੱਲ ਆ ਕੀ ਨਾਮ ਜੀ ਤੁਹਾਡਾ ਸ਼ੁਭਮ ਜੀ ਸ਼ੁਭਮ ਜੀ ਤੁਸੀਂ ਵੀ ਬੜੇ ਖੁਸ਼ ਹੋ ਕੇ ਆ ਰਹੇ ਹੋ ਬਾਹਰ ਪਹਿਲੀ ਕਿਸ਼ਤ ਨਹੀਂ ਦਿੱਤੀ ਉਦੋਂ ਗਿਆ ਸੀਗਾ ਜੀ ਹੁਣ ਤਾਂ ਸਾਰੀਆਂ ਦੇ ਦਿੱਤੀਆਂ ਜੀ ਬਾਤ ਆ ਤੇ ਹੁਣ ਕਿਸ਼ਤਾਂ ਦਿੱਤੀਆਂ ਤੁਹਾਡੀਆਂ ਰਾਸ ਆ ਗਈਆਂ ਕਹਿੰਦਾ ਪੁੱਤਰ ਜਿਹੜਾ ਮਿਹਨਤ ਦਾ ਪੈਸਾ ਹੁੰਦਾ ਜਾਂਦਾ ਨਹੀਂ ਕਿਤੇ ਕਿੱਦਾਂ ਖੋ ਹੋਈ ਸੀ ਜਾਂ ਕਿੱਦਾਂ ਨਹੀਂ ਇਹ ਦੁਕਾਨ ਤੇ ਬੈਠਾ ਮੈਂ ਲੈ ਕੇ ਸੌਂ ਗਿਆ ਸੀਗਾ ਜੀ ਇਹ ਫਿਰ ਚੱਕ ਕੇ ਲੈ ਗਏ ਸੀ ਕਿਹੜੀ ਜਗ੍ਹਾ ਤੋਂ ਆਹ ਦਸ਼ਮੇਸ਼ ਨਗਰ ਲਾਈਨਾਂ ਤੋਂ ਜੀ ਦਸ਼ਮੇਸ਼ ਨਗਰ ਲਾਈਨਾਂ ਤੋਂ ਤੇ ਕਿੰਨੀ ਦੇਰ ਪਹਿਲਾਂ ਇਹ ਹੋ ਗਈ 12-13 ਮਹੀਨੇ ਹੋ ਗਏ ਜੀ ਸਾਲ ਦੇ ਕਰੀਬ ਹੋ ਗਏ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਦਾਂ ਦੇ ਕਈ ਜਿਹੜੇ ਲੋਕ ਨੇ ਸਾਹਮਣੇ ਸਾਰੇ ਪੁਲਿਸ ਕਮਿਸ਼ਨਰ ਜਿਹੜਾ ਆਪ ਜਿਹੜੇ ਟੋਕਨ ਨੰਬਰ ਬੋਲ ਬੋਲ ਕੇ ਤੁਸੀਂ ਦੇਖ ਸਕਦੇ ਹੋ ਤਾਂ ਅੱਗੇ ਇੱਕ ਵਾਰ ਲਿਜਾਉਂਦੇ ਹਾਂ ਤੁਹਾਨੂੰ ਅੱਗੇ ਜਾ ਕੇ ਵੀ ਜਿਹੜੀ ਇੱਕ ਵਾਰ ਤੁਹਾਨੂੰ ਤਸਵੀਰ ਸਾਂਝੀ ਕਰਦੇ ਹਾਂ ਆਂਟੀ ਫੋਨ ਮਿਲ ਗਿਆ ਤੁਹਾਨੂੰ ਹਜੇ ਕਿ ਨਹੀਂ ਮਿਲ ਗਿਆ ਜੀ ਆ ਜਾਓ ਤੁਹਾਨੂੰ ਅੱਗੇ ਦੀ ਇੱਕ ਵਾਰ ਦਿਖਾਉਂਦੇ ਹਾਂ ਤਸਵੀਰ 200 ਤੋਂ ਵੱਧ ਫੋਨ ਜਿਹੜੇ ਅੱਜ ਲੋਕਾਂ ਨੂੰ ਜਿਹੜੇ ਲੁਧਿਆਣਾ ਵਾਸੀਆਂ ਨੂੰ ਦਿੱਤੇ ਗਏ ਔਰ ਲੁਧਿਆਣਾ ਦੇ ਆਸ ਪਾਸ ਰਹਿਣ ਵਾਲੇ ਵੀ ਜਿਹੜੇ ਲੋਕ ਨੇ ਜਿਹੜੇ ਲੁਧਿਆਣੇ ਆਏ ਸੀ ਉਹਨਾਂ ਦੇ ਨਾਲ ਵੀ ਅਗਰ ਕੋਈ ਲੁੱਟ ਖੋ ਹੋਈ ਸੀ ਤਾਂ ਉਹਨਾਂ ਲੋਕਾਂ ਨੂੰ ਵੀ ਅੱਜ ਉਹਨਾਂ ਦੇ ਮੋਬਾਈਲ ਨੇ ਜਿਹੜੇ ਉਹ ਵਾਪਸ ਦੇ ਦਿੱਤੇ ਗਏ ਨੇ ਔਰ ਇੰਨੇ ਕੁ ਜ਼ਿਆਦਾ ਲੋਕ ਨੇ ਜਿਹੜੇ ਉਹ ਖੁਸ਼ ਨੇ ਕਿਉਂਕਿ ਮਿਹਨਤ ਦੀ ਕਮਾਈ ਦਾ ਜਿਹੜਾ ਪੈਸਾ ਲੋਕਾਂ ਦਾ ਜਦੋਂ ਉਹ ਵਾਪਸ ਆਉਂਦਾ ਤਾਂ ਬਹੁਤ ਹੀ ਜਿਹੜੀ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਕੁ ਜਿਹੜੀ ਖੁਸ਼ੀ ਹੁੰਦੀ ਹੈ ਔਰ ਮੋਬਾਈਲ ਇਸ ਤਰ੍ਹਾਂ ਦੀ ਚੀਜ਼ ਹੈ ਕਿ ਆਮ ਤੌਰ 'ਤੇ ਇਹਨਾਂ ਲੋਕਾਂ ਦੇ ਵਿੱਚ ਉਹ ਲੋਕ ਵੀ ਸਨ ਜਿਹੜੇ ਕਿ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਜਦੋਂ ਕੰਮਾਂ ਕਾਰਾਂ 'ਤੇ ਗਏ ਤਾਂ ਉਹਨਾਂ ਦੇ ਨਾਲ ਜਿਹੜੀ ਹੈ ਲੁੱਟ ਖਸੁੱਟ ਹੋ ਗਈ ਕਿਸੇ ਨੂੰ ਤਲਵਾਰ ਦਿਖਾ ਕੇ ਕਿਸੇ ਨੂੰ ਟੋਕਾ ਦਿਖਾ ਕੇ ਔਰ ਕਿਸੇ ਨੂੰ ਕਾਪਾ ਦਿਖਾ ਕੇ ਕਿਸੇ ਦੀ ਦੁਕਾਨ ਤੋਂ ਜਿਹੜਾ ਮੋਬਾਈਲ ਚੋਰੀ ਹੋਇਆ ਸੀ ਔਰ ਕਿਸੇ ਦਾ ਦਫ਼ਤਰ ਦੇ ਵਿੱਚ ਉਹ ਚੋਰੀ ਹੋ ਗਿਆ ਸੀ ਤਾਂ ਉਹ ਸਾਰੇ ਜਿਹੜੇ ਮੋਬਾਈਲ ਫੋਨ ਨੇ ਅੱਜ ਜਿਹੜੇ ਦਿੱਤੇ ਗਏ ਆ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਇੱਕ ਐਡਵਾਈਸ ਜਿਹੜੀ ਆ ਉਹ ਕਹੀ ਗਈ ਹੈ ਲੁਧਿਆਣਾ ਵਾਸੀਆਂ ਨੂੰ ਔਰ ਉਹਨਾਂ ਨੇ ਕਿਹਾ ਕਿ ਹਰੇਕ ਵਾਸਤੇ ਨਹੀਂ ਮੈਂ ਕਹਿ ਰਿਹਾ ਪਰੰਤੂ ਅਗਰ ਕੋਈ ਵੀ ਉਹ ਇਨਸਾਨ ਕਰਵਾ ਸਕਦਾ ਤਾਂ ਇੱਕ CCTV ਕੈਮਰੇ ਜਿਹੜੇ ਆ ਜ਼ਰੂਰ ਲਗਵਾਵੇ ਉਹਨਾਂ ਨੇ ਕਿਹਾ ਕਿ ਉਹ ਕੈਮਰੇ ਨੇ ਜਿਹੜੇ ਉਹ ਇਸ ਤਰ੍ਹਾਂ ਦਾ ਜਿਹੜੇ ਸੰਤਰੀ ਨੇ ਜਿਹੜੇ ਦਿਨ ਰਾਤ ਔਰ ਧੁੱਪੇ ਔਰ ਬਾਰਿਸ਼ ਦੇ ਵਿੱਚ ਵੀ ਆਪਣੀ ਡਿਊਟੀ ਕਰਦੇ ਨੇ ਉਹ ਜਿਹੜਾ ਰੈਸਟ ਦੇ ਉੱਪਰ ਨਹੀਂ ਜਾਂਦੇ ਸੋ ਨਵੇਂ ਅਪਡੇਟਾਂ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਜੀ ਕੈਮਰਾ ਪਰਸਨ ਮਨੋਜ ਕੁਮਾਰ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈਵ